जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. English Akhbar Padhna Humko Na Aata English Akhbar Padhna Sabko Sikhata Pigeon Kabootar Udan Phalai Look Dekho Asmaan Sakai English Ki Har Brills Express, English ki har khabar Hindi translation ke saath. Masti Campus di. ਕੈਂਪਸ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੈਰੀ ਵੱਲੋਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਤੁਹਾਡਾ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ। ਸਾਡੇ ਸਪਾਂਸਰ ਨੇ ਜੀ ਬ੍ਰਿਲਸ ਇੰਸਟੀਚਿਊਟ, ਅੱਜ ਮੈਂ ਪਹੁੰਚਿਆ ਹਾਂ ਜੀ ਦਸ਼ਮੇਸ਼ ਪਬਲਿਕ ਸਕੂਲ ਮੋਗਾ ਦੇ ਵਿੱਚ। ਸਟੂਡੈਂਟਸ ਮੇਰੇ ਨਾਲ ਨੇ, ਆਪਾਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਆਓ ਜੀ, ਕੌਣ ਆਏਗਾ ਪਹਿਲਾਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਯੈਸ। ਸਿਹਤ ਤਾਂ ਵਧੀਆ? ਗਰਮੀ ਕਿੰਨੀ ਕੁ ਲੱਗ ਰਹੀ? ਬਸ ਠੀਕ ਠਾਕ ਆ। ਠੀਕ ਠਾਕ ਆ। ਮੋਗੇ 'ਚ ਠੰਡ ਪੈ ਰਹੀ ਹੈ ਨਾ? ਬਰਫ਼, ਮੈਂ ਸੁਣਿਆ ਬਰਫ਼ ਡਿੱਗੀ ਹੈ। ਓਕੇ, ਡਿੱਗੀ ਹੈ ਕਿ ਨਹੀਂ? ਡਿੱਗੀ ਲੱਗਦਾ ਥੋੜਾ ਥੋੜਾ। ਡਿੱਗੀ ਹੈ ਨਹੀਂ, ਮੈਂ ਰਸਤੇ 'ਚ ਆ ਰਿਹਾ ਸੀ, ਇੱਕ ਬਾਈਕ 'ਤੇ ਪਿੱਛੇ ਪਈ ਸੀ, ਉਹ ਡਿੱਗੀ ਥੱਲੇ। ਮੈਂ ਦੇਖਿਆ ਉੱਥੇ ਡਿੱਗੀ ਸੀ। ਘਰ ਸਭ ਸੁੱਖ ਸਾਂਦ ਹੈ? ਹਾਂਜੀ ਹਾਂਜੀ। ਪੜ੍ਹਾਈ ਕਿੱਦਾਂ ਚੱਲਦੀ ਹੈ? ਪੂਰੀ ਵਧੀਆ। ਕਿੰਨਾ ਕੁ ਪੜ੍ਹ ਲੈਂਦੇ ਹੋ? ਵਾਧੂ 'ਚ ਕਿੰਨਾ ਕੁ ਹੁੰਦਾ? ਇਹ ਤਾਂ ਤੁਸੀਂ ਟੀਚਰਸ ਤੋਂ ਪੁੱਛੋ। ਨਹੀਂ, ਮੈਂ ਤੁਹਾਨੂੰ ਪੁੱਛ ਕੇ ਜਾਊਂਗਾ ਨਾ ਕਿੰਨਾ ਤੁਸੀਂ ਪੜ੍ਹ ਲੈਂਦੇ ਹੋ। ਅਕੋਰਡਿੰਗ ਟੂ, ਮੈਂ ਤਾਂ ਪੜ੍ਹ ਲੈਂਦੀ ਹਾਂ ਬਹੁਤ। ਓਕੇ, ਇੱਕ ਦਿਨ 'ਚ ਜਦੋਂ ਇੱਥੋਂ ਸਕੂਲ ਤੋਂ ਘਰ ਜਾਂਦੇ ਹੋ, ਜਾ ਕੇ ਸਭ ਤੋਂ ਪਹਿਲਾਂ ਕੀ ਕਰਦੇ ਹੋ? ਸਭ ਤੋਂ ਪਹਿਲਾਂ ਫਰੈਸ਼, ਲੰਚ, ਦੈਨ ਸਟੱਡੀ। ਦੈਨ ਸਟੱਡੀ? ਕਿੰਨਾ ਟਾਈਮ ਸਟੱਡੀ? ਨੀਅਰ ਅਬਾਊਟ 3 to 4 hours. 3 to 4 hours ਘਰੇ ਪੜ੍ਹਦੇ ਹੋ? ਕਾਫੀ ਇੰਟੈਲੀਜੈਂਟ ਲੱਗਦੇ ਮੈਨੂੰ, ਹੈ ਨਾ? ਇੱਕ ਵਰਡ ਪੁੱਛਦਾ ਮੈਂ ਤੁਹਾਨੂੰ। ਸ਼ੋਰ। ਰਸੀਦ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਉਹਨੂੰ ਇੰਗਲਿਸ਼ 'ਚ ਕੀ ਕਹਿੰਦੇ ਆ? ਸਲਿੱਪ। ਨਹੀਂ, ਸਲਿੱਪ 'ਚ ਇੱਕ ਹੋਰ ਵਰਡ ਹੁੰਦਾ, ਚਿੱਟ। ਉਹ ਚਿੱਟ ਇੰਗਲਿਸ਼ 'ਚ ਨਹੀਂ ਹੁੰਦੀ, ਚਿੱਟ ਪੰਜਾਬੀ 'ਚ ਹੁੰਦੀ ਹੈ। ਅੱਛਾ, ਉੱਧਰ ਪੁੱਛ ਰਹੇ ਟੀਚਰ ਨੂੰ ਵੀ ਕੀ ਹੁੰਦਾ ਇਸ਼ਾਰਾ, ਤੁਸੀਂ ਕਿਤੇ ਦੱਸੋ, ਹੈ ਨਾ? ਇਹ ਹੁਣੇ ਹੀ ਪਤਾ ਲੱਗ ਗਿਆ, ਨਕਲ ਮਾਰਦੀ ਹੈ ਕੁੜੀ ਪੱਕਾ। ਨਹੀਂ, ਪੇਪਰ 'ਚ ਕਿੰਨੀ ਨਕਲ ਮਾਰਦੇ ਹੋ? ਬਿਲਕੁਲ ਵੀ ਨਹੀਂ। ਨਹੀਂ, ਹੁਣ ਤਾਂ ਫੜੇ ਗਏ ਨਾ, ਮੈਂ ਤਾਂ ਸ਼ਰਿਆਮ ਫੜ ਲਿਆ ਨਾ, ਜਿਵੇਂ ਡੀਟੀਓ ਡੀਓ ਸਾਹਿਬ ਫੜਦੇ ਨਾ ਆ ਕੇ। ਮੈਂ ਕਰਵਾ ਦਿੰਦੀ ਹਾਂ ਚੀਟਿੰਗ, ਬਟ ਕਰਦੀ ਨਹੀਂ। ਅੱਛਾ ਅੱਛਾ, ਚੀਟਿੰਗ ਕਰਵਾ ਦਿੰਦੇ ਹੋ? ਕਿੰਨੀ ਚੀਟਿੰਗ ਕਰਵਾਈ ਹੁਣ ਤੱਕ? ਕਿਹਨੂੰ ਕਿਹਨੂੰ? ਬਹੁਤ ਸਾਰੇ ਜਗ੍ਹਾ ਨੂੰ ਕਰਵਾਈ ਆ। ਮਤਲਬ ਭੇਤ ਖੋਲਣੇ ਸਾਰਿਆਂ ਨੇ ਕਿ ਨਹੀਂ ਖੋਲਣੇ? ਨਹੀਂ 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 ਖੋਲਣੇ। ਬਾਅਦ 'ਚ ਕਈ ਵਾਰੀ ਚੀਟਿੰਗ ਮਾਰਨੀ ਵੀ ਪੈ ਜਾਂਦੀ ਹੈ, ਮਾਰਨੀ ਵੀ ਪੈ ਜਾਂਦੀ ਹੈ ਕਈ ਵਾਰ। ਰਸੀਪਟ ਆਪਾਂ ਸਾਰੇ ਬੋਲਦੇ ਉਹਨੂੰ, ਰਸੀਦ ਨੂੰ ਇੰਗਲਿਸ਼ 'ਚ ਰਸੀਪਟ ਸਾਰੇ ਬੋਲਦੇ ਹਾਂ, ਪਰ ਇਹਦੀ ਜਿਹੜੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਹੈ? ਨਹੀਂ ਪਤਾ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਪੜ੍ਹਾਈ ਕਿੱਦਾਂ? ਬਹੁਤ ਵਧੀਆ। ਰੋਟੀਆਂ ਖਾਧੀਆਂ ਅੱਜ ਕਿੰਨੀਆਂ? ਹਾਫ ਪਹਿਲੀ ਕੁੜੀ ਅੱਧੀ ਰੋਟੀਆਂ ਰੱਜ ਗਈ।
ਨਹੀਂ ਮਾਰਨਿੰਗ ਮਾਰਨਿੰਗ ਹੁੰਦੀ ਹੈ ਨਹੀਂ ਜੀ। ਅੱਛਾ ਅੱਛਾ ਮਾਰਨਿੰਗ ਦਿਲ ਨਹੀਂ ਕਰਦਾ ਖਾਣ ਨੂੰ। ਮੰਮੀ ਕੀ ਕਹਿੰਦੇ ਨੇ ਰੋਟੀ ਖਾ ਕੇ ਜਾਓ ਜਾਂ ਨਾ ਖਾ ਕੇ ਜਾਓ? ਖਾ ਕੇ ਜਾਓ। ਕਿੰਨੀਆਂ ਕਹਿੰਦੇ ਖਾਣ ਨੂੰ? 1 ਅੱਛਾ ਇੱਕ ਖਾਣ ਨੂੰ ਕਹਿੰਦੇ ਆ, ਇੱਕ ਦੋ ਬਾਅਦ ਦਿੰਦੇ ਨਹੀਂ। ਅੱਛਾ ਦੇ ਦਿੰਦੇ ਹੁੰਦੇ ਆ। ਪਾਪਾ ਕੀ ਕੰਮ ਕਰਦੇ? ਵਾਹ ਚੰਗੀ ਗੱਲਬਾਤ ਹੈ ਫਿਰ ਤੇ, ਹੈ ਨਾ। ਕੀ ਬਿਜ਼ਨਸ ਹੈ? ਸ਼ੈਲਰ ਸ਼ੈਲਰ ਹੀ ਨੇ, 5-7 ਸ਼ੈਲਰ ਜੇ ਹੈਗੇ ਨੇ। ਵਰਕਸ਼ਾਪਸ ਨਿੱਕੀਆਂ ਨਿੱਕੀਆਂ ਹੈਗੀਆਂ ਨਾ, ਕਰੋੜਾਂ ਦਾ ਬਿਜ਼ਨਸ ਬਸ ਮਾੜਾ ਮੋਟਾ ਚੱਲੀ ਜਾਂਦਾ, ਹੈ ਨਾ। ਇੱਕ ਐਸੇ ਹੁੰਦਾ ਨਾ ਜਿਵੇਂ ਕਿਸੇ ਨੇ ਸਟੂਡੈਂਟ ਨੂੰ ਕਹਿ ਤਾ, ਅਮੀਰ ਬੱਚੇ ਨੂੰ ਵੀ, ਇੱਕ ਮੇਰਾ ਫਰੈਂਡ ਦੇ ਗਰੀਬ ਫਰੈਂਡ ਦੇ ਐਸੇ ਲਿਖੋ ਨਾ, ਮੇਰਾ ਇੱਕ ਫਰੈਂਡ ਬਹੁਤ ਗਰੀਬ ਹੈ, 5-7 ਆਡੀਆਂ ਉਹਦੇ ਕੋਲ, ਉਹ ਵੀ ਪੁਰਾਣੀਆਂ ਜੀਆਂ ਨੇ, ਉਹ ਵੀ ਇਹਨਾਂ ਦੀ ਗੱਲ, ਨਿੱਕੇ ਨਿੱਕੇ ਸ਼ੈਲਰ ਸਾਡੇ ਕੋਲ, ਅਸੀਂ ਬਹੁਤ ਗਰੀਬ ਜੇ ਹਾਂ, ਹੈ ਨਾ। ਪਰਫੋਰਮ ਕਰੋਗੇ ਤੁਸੀਂ? ਪਰਫੋਰਮ ਕਰੋਗੇ ਕੁਛ ਕਰੋਗੇ? ਹਾਂ ਕੀ ਕਰੋਗੇ? ਗਾਣਾ ਸੁਣਾਓਗੇ? ਤਾਂ ਫਿਰ ਐਨੀਥਿੰਗ 'ਚ ਗਾਣਾ ਆ ਜਾਂਦਾ, ਡਾਂਸ ਕਰਕੇ ਦਿਖਾਓਗੇ? ਹਾਂ ਕਿ ਨਾ, ਮੈਨੂੰ ਸਮਝ ਨਹੀਂ ਆ ਰਹੀ ਵੀ ਹਾਂ ਕਹਿ ਰਹੇ ਹੋ ਕਿ ਨਾ ਕਹਿ ਰਹੇ ਹੋ, ਤੁਸੀਂ ਕੀ ਕਹਿ ਰਹੇ ਹੋ? ਹਾਂ ਕਿ ਨਾ ਜੀ, ਹਾਂ ਦੀ ਜੀ ਹੈ ਕਿ ਨਾ ਦੀ ਜੀ ਹੈ? ਹਾਂਜੀ ਚਲੋ ਠੀਕ ਹੈ, ਕਿਹੜੇ ਗਾਣੇ 'ਤੇ ਕਰੋਗੇ? ਸੁਣ ਮੇਰੇ ਦਿਲਦਾਰਾ, ਮੈਨੂੰ ਜਾਣ ਤੋਂ ਵੀ ਪਿਆਰਾ, ਮੇਰੇ ਨਾਲ ਖਹਿ ਖਹਿ ਕੇ ਆਉਣ ਜੋ, ਹੱਡ ਕਰ ਦੂੰ ਮੈਂ ਸਾਰੀਆਂ ਦੇ ਪੋਲੇ ਵੇ ਤੇਰੇ ਨਾਲ ਮੈਂ ਜੱਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਚਦੀ, ਅੱਛਾ ਇੱਕ ਵਰਡ ਪੁੱਛ ਰਿਹਾ ਸੀ ਮੈਂ। ਹਾਂਜੀ। ਰਿਸਿਪਟ ਕਹਿੰਦੇ ਆ ਸਾਰੇ ਰਸੀਦ ਨੂੰ ਇੰਗਲਿਸ਼ ਦੇ ਵਿੱਚ, ਉਹਦੀ ਜਿਹੜੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਹੈ? ਰਿਸਿਪਟ ਹੀ ਹੈ। ਨਹੀਂ ਰਿਸਿਪਟ ਨਹੀਂ ਹੈ, ਰਿਸਿਪਟ ਸਾਰੇ ਕਹਿੰਦੇ ਆ, ਗਲਤ ਹੈ ਇਹ। ਸਾਹ ਚੜ ਗਿਆ ਸੁੱਤੇ ਸੁੱਤੇ ਕਿ ਡਾਂਸ ਕਰਕੇ ਸਾਹ ਚੜ ਗਿਆ? ਨਹੀਂ ਸਾਹ ਚੜ ਕੇ ਡਾਂਸ। ਪਤਾ ਕੀ ਨਹੀਂ ਪਤਾ? ਨਹੀਂ। ਥੈਂਕ ਯੂ ਸੋ ਮਚ, ਥੈਂਕ ਯੂ। ਬਾਪੂ ਜੀ ਕੰਮ ਕਰਦੇ ਆ? ਫਾਰਮਰ। ਦਾਦਾ ਜੀ? ਛੋਟਾ ਲੱਗ ਰਿਹਾ ਬਹੁਤ ਵਧੀਆ ਗੱਲ। ਇੱਕ ਵਰਡ ਪੁੱਛ ਰਿਹਾ ਸੀ ਮੈਂ ਰਸੀਦ ਨੂੰ ਇੰਗਲਿਸ਼ ਕਹਿੰਦੇ ਆ, ਰਿਸਿਪਟ ਸਾਰੇ ਹੀ ਰਿਸਿਪਟ ਕਹਿੰਦੇ ਆ, ਕਰੈਕਟ ਪ੍ਰੋਨਾਂਸੀਏਸ਼ਨ ਕੀ ਹੈ ਜੀ? ਔਖਾ ਹੱਸਦਾ ਬਹੁਤ ਸੋਹਣਾ ਨਾ, ਲੋਕਾਂ ਦੇ ਇੱਕ ਇੱਕ ਸਾਈਡ ਡਿੰਪਲ ਪੈਂਦੇ, ਦੋਨੋਂ ਸਾਈਡ ਹੈ, ਬਹੁਤ ਸੋਹਣਾ। ਜੇ ਤੈਨੂੰ ਕਦੀ ਕਿਸੇ ਕਿਹਾ ਨਹੀਂ, ਤੂੰ ਬਹੁਤ ਸੋਹਣਾ ਲੱਗਦਾ ਹੱਸਦਾ। ਕਹਿੰਦੇ ਆ? ਕੌਣ ਕਹਿੰਦਾ ਹੁੰਦਾ? ਬਹੁਤ ਜਾਣੇ। ਨਹੀਂ ਬਹੁਤ ਜਾਣੇ ਜੀ, ਕੋਈ ਇੱਕ ਅੱਧਾ ਖਾਸ? ਖਾਸ ਮੰਮੀ ਨੇ ਨੀ ਕਦੀ ਕਿਹਾ? ਮੰਮੀ ਕਹਿੰਦੇ ਰਹਿੰਦੇ, ਤਾਂ ਆਉਂਦੇ ਜਾਂਦੇ। ਕੀ ਕਹਿੰਦੇ ਵੀ ਥੋੜਾ ਹੱਸਿਆ ਕਰ, ਟੋਏ 'ਚ ਪੈਰ ਨਾ ਪੈ ਜਾਏ, ਡਿੱਗ ਨਾ ਜਾਵਾਂ, ਐਂ ਤਾਂ ਨਹੀਂ ਕਹਿੰਦੇ ਕਿਤੇ? ਹਾਏ ਕਿਆ ਬਾਤ ਹੈ, ਪਿੰਡ ਤੋਂ ਬਿਲੋਂਗ ਕਰਦੇ? ਸ਼ਹਿਰ ਤੋਂ? ਕਿਹੜਾ ਪਿੰਡ? ਘੱਲ ਕਲਾਂ। ਕੌੜ ਤੋਂ ਮੈਂ ਸੁਣਿਆ ਕਦੀ? ਕੀ ਹੁੰਦਾ? ਨਹੀਂ ਪਤਾ ਕਰਿਓ ਜਾ ਕੇ ਅੱਜ, ਫਿਰ ਕੌੜ ਤੋਂ ਮਾਂ ਕੀ ਚੀਜ਼ ਹੁੰਦੀ ਹੈ ਪਤਾ ਕਰਕੇ ਫਿਰ ਨਾਲ ਦੇ ਉਹਨੂੰ ਦੱਸਿਓ ਆ ਕੇ। ਕੌੜ ਤੋਂ ਮਾਂ ਕੀ ਹੁੰਦਾ ਪੁੱਛਿਆ ਸੀ ਹੁਣੇ ਹੁਣੇ ਮੈਂ ਹਜੇ। ਕੌੜ ਤੋਂ ਮਾਂ ਤਾਂ ਪਹਿਲੀ ਵਾਰੀ ਬਾਤ। ਅੱਛਾ ਸੁਣੇ ਪਹਿਲੀ ਵਾਰੀ ਹੈ? ਕਿਆ ਬਾਤ ਹੈ, ਪੰਜਾਬੀ ਦਾ ਬੜਾ ਠੇਠ ਜਿਹਾ ਵਰਡ ਹੈ ਤੇ ਬੜੀ ਸੋਹਣੀ ਚੀਜ਼ ਹੈ ਕੌੜ ਤੋਂ ਮਾਂ। ਕੌੜ ਤੋਂ ਮਾਂ ਪਤਾ ਨਹੀਂ। ਅੱਛਾ ਨਹੀਂ ਪਤਾ? ਨਹੀਂ ਸੁਣਿਆ। ਠੀਕ ਹੈ, ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਮੋਗੇ ਤੋਂ। ਲੋਕਲ? ਲੋਕਲ ਮੋਗੇ ਤੋਂ। ਕੀ ਕਹਦੇ ਫਾਦਰ ਸਾਹਿਬ ਕੀ ਕੰਮ ਕਰਦੇ? ਡਾਕਟਰ। ਡਾਕਟਰ ਨੇ? ਕਾਹਦੇ ਡਾਕਟਰ ਨੇ? ਬੰਦਿਆਂ ਦੇ। ਬੰਦਿਆਂ ਦੇ ਵਿੱਚ ਕਾਹਦੇ ਡਾਕਟਰ ਨੇ? ਬੰਦਿਆਂ ਦੇ ਵਿੱਚ ਦਵਾਈ ਦੇ। ਨਹੀਂ ਨਹੀਂ, ਦਵਾਈ ਦੇ ਮਤਲਬ ਕੋਈ ਸਪੈਸ਼ਲਿਸਟ ਹੁੰਦਾ ਕੰਦਰੇ, ਕਦੇ ਦੰਦ ਕੋਈ ਦੇਖਦਾ, ਕੋਈ ਹਾਰਟ ਦਾ ਹੁੰਦੇ ਆ, ਕੋਈ ਅੱਖਾਂ ਦੇ ਹੁੰਦੇ ਆ, ਸਭ ਕੁਝ ਵੇਖ ਲਈਦਾ ਬਸ। ਅੱਛਾ ਜਰਨਲ ਹੀ ਨੇ? ਤੁਹਾਡਾ ਕੀ ਅੱਗੇ ਫਿਊਚਰ ਪਲਾਨ ਹੈ? ਮੇਰਾ ਪਤਾ ਨਹੀਂ, ਬਸ ਜਿੱਥੇ ਚੜ ਗਏ ਉੱਥੇ ਚੱਲਾਂਗੇ। ਹਜੇ ਸੋਚਿਆ ਨਹੀਂ ਕਦੀ? ਭੰਗੜਾ ਪਊਗਾ ਹੈਵੀ ਵੇਟ, ਬੱਲੀ ਇਹ ਨਹੀਂ ਹੱਥ ਮਾਰ ਕੇ ਪੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀ ਇਹ ਨਹੀਂ ਹੱਥ ਮਾਰ ਕੇ ਪੱਟਾਂ ਦੇ। ਆਓ ਚੜ ਗਈ ਜਵਾਨੀ ਵੇਖ, ਅੱਗ ਵਰਗੀ ਨਹੀਂ ਸਾਡੇ ਗੱਭਰੂ ਜੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀ ਇਹ ਨਹੀਂ ਹੱਥ ਮਾਰ ਕੇ ਪੱਟਾਂ ਦੇ। ਆਓ ਜੀ, ਕੀ ਹਾਲ ਚਾਲ? ਵਧੀਆ। ਕੀ ਨਾਮ ਕੀ ਤੁਹਾਡਾ? ਮਨਦੀਪ ਸਿੰਘ ਜੀ। ਮਨਦੀਪ ਸਿੰਘ, ਕਿੱਥੋਂ ਬਿਲੋਂਗ ਕਰਦੇ ਹੋ? ਮੋਗੇ ਤੋਂ ਜੀ। ਖਾਸ ਕੋਈ ਕੌੜ ਤੋਂ ਮਾਂ ਤੁਹਾਨੂੰ ਪਤਾ ਕੀ ਹੁੰਦਾ? ਹਾਂਜੀ, ਕੌੜ ਤੋਂ ਮਾਂ ਕੀ ਹੁੰਦਾ ਤੁਹਾਨੂੰ ਪਤਾ? ਨਹੀਂ ਜੀ। ਸੁਣਿਆ ਜੀ ਪਹਿਲੀ ਵਾਰ? ਸੁਣਿਆ ਪਹਿਲੀ ਵਾਰ ਆ? ਪਹਿਲਾਂ ਕਦੀ ਸੁਣਿਆ ਇਹ? ਨਹੀਂ ਨਹੀਂ ਕਦੀ ਸੁਣਿਆ?
ਘਰ 'ਚ ਕੌਣ ਕੌਣ ਹੈ? ਭਰਾ, ਮੰਮੀ, ਡੈਡੀ। ਮੰਮੀ ਡੈਡੀ, ਡੈਡੀ ਕੋਲ ਕਿੰਨਾ ਟਾਈਮ ਬੈਠਦੇ ਹੋ? ਇਹ ਤੇਰਾ ਹਾਸਾ ਦੱਸਦਾ ਵੀਰ ਸੋਹਣਿਆ, ਤੂੰ ਬਹੁਤ ਟਾਈਮ ਕੱਢਦਾ ਡੈਡੀ ਲਈ। ਕੱਢਦੇ ਹਾਂ। ਇੰਨਾ ਟਾਈਮ ਕਿਉਂ ਕੱਢਦਾ ਹੁੰਦਾ ਯਾਰ? ਪਿਆਰ ਕਰੇ ਤਾਂ ਡੈਡੀ। ਪਿਆਰ ਕਰਦਾ ਕਿੰਨਾ? ਡੈਡੀ ਨੇ ਕਦੀ ਪਿਆਰ ਕੀਤਾ ਤੈਨੂੰ? ਘੱਟ ਵੱਧ, ਘੱਟ ਵੱਧ ਨਹੀਂ। ਦੋ ਤਰ੍ਹਾਂ ਦਾ ਪਿਆਰ ਹੁੰਦਾ, ਇੱਕ ਪਿਆਰ ਹੁੰਦਾ ਪਿਆਰ ਵਾਲਾ, ਇੱਕ ਹੁੰਦਾ ਪਿਆਰ ਵਾਲਾ। ਉਹ ਪਿਆਰ ਵਾਲਾ ਕਰਦੇ। ਤੈਨੂੰ ਪਿਆਰ ਵਾਲਾ ਕੀਤਾ ਕਦੀ? ਕਿੰਨਾ ਕੁ ਮਿਲਦਾ ਹੁੰਦਾ ਪਿਆਰ? ਉਹ ਵਾਧੂ, ਦਾਦੇ ਤੋਂ ਵੀ ਬਥੇਰਾ ਮਿਲਿਆ। ਦਾਦੇ ਤੋਂ ਬਥੇਰਾ ਮਿਲਿਆ ਇਹ ਪਿਆਰ। ਜੇ ਦਾਦੇ ਤੋਂ ਜ਼ਿਆਦਾ ਪਿਆਰ ਮਿਲਾਂ ਨਾ, ਫਿਰ ਤੈਨੂੰ ਕੋਰਟ ਤੋਂ ਮੈਂ ਪਤਾ ਹੋਣਾ ਸੀ ਕੀ ਹੁੰਦਾ। ਅੱਛਾ, ਇੱਕ ਵਰਡ ਪੁੱਛਿਆ ਸੀ ਮੈਂ, ਰਿਸਿਪਟ ਕਹਿੰਦੇ ਆ ਸਾਰੇ ਰਸੀਦ ਨੂੰ ਇੰਗਲਿਸ਼ ਦੇ ਵਿੱਚ, ਰਿਸਿਪਟ ਕਹਿੰਦੇ ਆਪਾਂ, ਪਰ ਇਹਦੀ ਜਿਹੜੀ ਕਰੈਕਟ ਪ੍ਰੋਨਾਂਸੀਏਸ਼ਨ ਕੀ ਹੈ? ਨਹੀਂ ਪਤਾ। ਨਹੀਂ ਪਤਾ, ਠੀਕ ਹੈ, ਥੈਂਕ ਯੂ ਸੋ ਮਚ। ਆਓ ਜੀ, ਕੀ ਹਾਲ ਚਾਲ? ਪੱਗ ਤੂੰ ਵੀ ਬਹੁਤ ਸੋਹਣੀ ਬੰਨੀ ਹੈ, ਕਿੱਥੋਂ ਸਿੱਖੀ ਹੈ? ਆਪ ਹੀ ਸਿੱਖੀ। ਆਪ ਹੀ ਸਿੱਖ ਲਈ? ਕਿੱਥੋਂ ਬਿਲੋਂਗ ਕਰਦੇ ਹੋ? ਮੋਗੇ ਤੋਂ ਹੀ। ਫੈਮਿਲੀ 'ਚ ਕੌਣ ਕੌਣ ਹੈ? ਮੰਮਾ, ਡੈਡੀ, ਪਾਪਾ। ਮੰਮਾ, ਪਾਪਾ, ਭਰਾ ਤੇ ਭਰਾ, ਠੀਕ ਹੈ। ਤੇ ਮੰਮਾ ਪਾਪਾ ਲਈ ਟਾਈਮ ਕੱਢਦੇ ਹੁੰਦੇ ਕਿ ਨਹੀਂ? ਹਾਂਜੀ। ਕਿੰਨਾ ਕੁ ਟਾਈਮ ਕੱਢਦੇ ਇੱਕ ਦਿਨ 'ਚ? ਦੋ ਤਿੰਨ ਘੰਟੇ। ਦੋ ਤਿੰਨ ਘੰਟੇ ਫਿਰ ਕਿੱਦਾਂ ਸਪੈਂਡ ਕਰਦੇ ਉਹਨਾਂ ਨਾਲ? ਵਿਹਲੇ ਬਹਿ ਕੇ ਸਿੱਖ ਲਿਆ ਕਰੋ ਕੁਛ ਉਹਨਾਂ ਕੋਲੋਂ, ਚੰਗੀਆਂ ਚੰਗੀਆਂ ਗੱਲਾਂ ਸਿੱਖਿਆ ਕਰੋ, ਠੀਕ ਹੈ? ਉਹਨਾਂ ਨੂੰ ਪੁੱਛਿਆ ਕਰੋ ਵੀ ਲਾਈਫ ਕਿੱਦਾਂ ਚੱਲ ਰਹੀ ਹੈ, ਕਿੱਦਾਂ ਨਹੀਂ ਚੱਲ ਰਹੀ, ਉਹਨਾਂ ਦੀ ਲਾਈਫ 'ਚ ਕੀ ਚੱਲ ਰਿਹਾ, ਠੀਕ ਹੈ? ਉਹਨਾਂ ਨੇ ਲਾਈਫ ਤੱਕ ਹੁਣ ਤੱਕ ਕੀ ਕੀਤਾ, ਕੀ ਨਹੀਂ ਕੀਤਾ, ਤਾਂ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ, ਚੰਗੀਆਂ ਚੰਗੀਆਂ ਗੱਲਾਂ ਸਿੱਖਿਆ ਕਰੋ, ਠੀਕ ਹੈ? ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ। ਮੰਮੀ ਲਈ ਕਿੰਨਾ ਟਾਈਮ ਕੱਢਦੇ ਹੋ ਪੂਰੇ ਦਿਨ 'ਚ? ਮੰਮੀ ਲਈ ਸਾਰਾ ਟਾਈਮ, ਮੰਮਾ ਨੇ ਹੀ ਹੈ। ਸਾਰਾ ਟਾਈਮ ਮੰਮੀ ਲਈ ਹੈ? ਤੁਹਾਨੂੰ ਸਿੱਖਿਆ ਮੰਮੀ ਤੋਂ? ਹਾਂਜੀ। ਕੀ ਸਿੱਖਿਆ ਹੁਣ ਤੱਕ? ਜਿਵੇਂ ਮੰਮਾ ਨੇ ਸਿਖਾਈ ਆ ਬੇਸਿਕ ਕੁਕਿੰਗ, ਅਤੇ ਜਿਵੇਂ ਮਤਲਬ ਮੰਮਾ ਬਾਹਰ ਚਲੇ ਜਾਣ ਤਾਂ ਘਰੇ ਜਿਵੇਂ ਰਹਿਣਾ, ਕੁਛ ਬਣਾ ਕੇ ਖਾ ਲੈਣਾ, ਮੰਮਾ ਨੇ ਸਿਖਾਇਆ। ਕੀ ਬਣਾ ਲੈਂਦੇ ਹੁਣ ਤੱਕ ਸਭ ਤੋਂ ਟੇਸਟੀ? ਮੈਗੀ ਬਣਾ ਲੈਂਦੀ। ਵਾਹ ਜੀ ਵਾਹ, ਇੰਨੀ ਔਖੀ ਡਿਸ਼! ਚਾਵਲ ਵੀ ਬਣਾ ਲੈਂਦੇ। ਇਹ ਤੁਸੀਂ ਵੀ ਬਣਾ ਲੈਂਦੇ ਬੈਠੇ ਬੈਠੇ ਫਲੈਟ 'ਚ? ਅੱਛਾ, ਠੀਕ ਹੈ। ਕੀ ਪਰਫਾਰਮ ਕਰੋਗੇ? ਗੱਲਬਾਤ ਕਰਨੀ, ਕੋਈ ਪਰਫਾਰਮ ਨਹੀਂ ਕਰਨਾ, ਕੋਰਟ ਤੋਂ ਮਾਗੀ ਹੁੰਦਾ ਇਹ ਨਹੀਂ ਪਤਾ, ਕਦੀ ਪੁੱਛਿਆ? ਅੱਛਾ, ਪਹਿਲੀ ਵਾਰੀ ਸੁਣਿਆ ਪੰਜਾਬੀ ਦੇ ਵਰਡ, ਕੁਛ ਠੇਠ ਵਰਡ ਪੁੱਛਿਆ ਪੰਜਾਬੀ ਦੇ ਵਰਡ, ਪਤਾ ਤੁਹਾਨੂੰ ਕਿ ਨਹੀਂ ਪਤਾ? ਧਨੇਸੜੀ ਕੀ ਹੁੰਦੀ ਹੈ? ਉਹ ਵੀ ਨਹੀਂ ਪਤਾ, ਬੜੀ ਮਾੜੀ ਗੱਲ ਹੈ। ਥੱਬਾ ਕੀ ਹੁੰਦਾ? ਇਹ ਵੀ ਅੱਛਾ, ਤੁਸੀਂ ਹਰਿਆਣੇ ਵਾਲੇ ਹੋ? ਓਕੇ ਓਕੇ। ਨਹੀਂ, ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈਣਾ ਨਾਪ, ਜੋ ਤੇਰੇ ਦਿਲ ਵਿੱਚ ਧੜਕ ਰਿਹਾ ਉਹ ਮੈਨੂੰ ਬਿਲਕੁਲ ਸੁਣਦਾ ਸਾਫ, ਜੋ ਤੇਰੇ ਦਿਲ ਵਿੱਚ ਧੜਕ ਰਿਹਾ ਉਹ ਮੈਨੂੰ ਬਿਲਕੁਲ ਸੁਣਦਾ ਸਾਫ। ਥੈਂਕ ਯੂ, ਬਹੁਤ ਵਧੀਆ। ਬਸ ਇਹਨਾਂ ਕੀ ਸੁਣਾਉਣਾ ਸੀਗਾ। ਅੱਛਾ, ਇੱਕ ਵਰਡ ਪੁੱਛ ਰਿਹਾ ਸੀ ਮੈਂ ਇੰਗਲਿਸ਼ ਦਾ। ਹਾਂਜੀ, ਰਿਸਿਪਟ ਕਹਿੰਦੇ ਆ ਸਾਰੇ ਹੀ। ਇਹਦੀ ਪ੍ਰੋਨਾਂਸੀਏਸ਼ਨ ਹੈਗੀ ਹੈ ਜੀ ਪੋਲਿਸੀ। ਪ੍ਰੋਨਾਂਸੀਏਸ਼ਨ ਥੋੜ੍ਹਾ ਪੋਲਿਸੀ ਹੋਊਗੀ? ਨਹੀਂ, ਪ੍ਰੋਨਾਂਸੀਏਸ਼ਨ ਇਹਦੀ ਕਰੈਕਟ ਕੀ ਹੈ? ਰਿਸਿਪਟ ਆਪਾਂ ਸਾਰੇ ਕਹਿੰਦੇ ਹਾਂ। ਫੇਸਬੁੱਕ ਯੂਜ਼ ਕਰਦੇ ਹੋ? ਸੋਸ਼ਲ ਨੈਟਵਰਕ ਯੂਜ਼ ਕਰਦੇ ਹੋ? ਯੈਸ। ਕੀ ਯੂਜ਼ ਕਰਦੇ ਹੋ ਸੋਸ਼ਲ ਨੈਟਵਰਕ ਤੇ? ਸਰ, ਫੇਸਬੁੱਕ ਸਟਾਰਟ ਕੀਤੀ ਸੀ, ਬਟ ਫੇਸਬੁੱਕ ਦੇ ਉੱਪਰ ਜਦੋਂ ਆਪਾਂ ਕਿਸੇ ਵੀ ਫੋਟੋ ਦੇ ਉੱਪਰ ਕਿਸੇ ਨੂੰ ਕੁਝ ਲਿਖਣਾ ਆਵੇ ਉਹਨੂੰ ਕੀ ਕਹਿੰਦੇ ਆ? ਕਮੈਂਟ। ਕਮੈਂਟ, ਸਾਰੇ ਕਮੈਂਟ ਕਹਿੰਦੇ ਆ। ਇਹਦੀ ਜਿਹੜੀ ਪ੍ਰੋਨਾਂਸੀਏਸ਼ਨ ਵੀ ਕੁਛ ਹੋਰ ਹੈ, ਕਰੈਕਟ ਜਿਹੜੀ ਹੈ ਪ੍ਰੋਨਾਂਸੀਏਸ਼ਨ ਇਹਦੀ ਕੋਈ ਹੋਰ ਹੈ, ਪਤਾ ਔਖਾ? ਕੀ ਪਰਫੋਰਮ ਕਰੋਗੇ? ਕੁਛ ਨਹੀਂ, ਗੱਲਾਂ ਹੀ ਕਰਨੀਆਂ। ਅੱਛਾ, ਗੱਲਾਂ ਹੀ ਕਰਨੀਆਂ, ਚਲੋ ਗੱਲਾਂ ਕਰੋ ਫਿਰ, ਹੁਣ ਤੁਸੀਂ ਮੈਨੂੰ ਕੁਝ ਪੁੱਛੋ, ਮੈਂ ਜਵਾਬ ਦਿੰਦਾ ਫਿਰ। ਚਲੋ ਕਰੋ ਗੱਲਾਂ ਹੁਣ। ਇਹ ਕਹਿੰਦੇ ਗੱਲਾਂ? ਹਾਂਜੀ, ਕੀ ਗੱਲਾਂ ਕਰਾਂ, ਤੁਸੀਂ ਕਰੋ। ਮੈਂ ਤਾਂ ਗੱਲਾਂ ਕਰੀ ਜਾਣੀਆਂ, ਤੁਸੀਂ ਕਹਿੰਦੇ ਗੱਲਾਂ ਕਰਨੀਆਂ, ਤਾਂ ਮੈਂ ਪੁੱਛਿਆ ਵੀ ਤੁਸੀਂ ਕਰੋ ਗੱਲਾਂ, ਮੈਂ ਜਵਾਬ ਦਿੰਦਾ ਗੱਲਾਂ ਦੇ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਚੰਡੀਗੜ੍ਹ ਤੋਂ। ਹਾਂਜੀ, ਹੋਰ ਸਾਡੇ ਘਰੇ ਬਹੁਤ ਜਣੇ, ਕੋਈ ਇੱਧਰ ਵੱਜਦਾ ਫਿਰਦਾ, ਕੋਈ ਇੱਧਰ ਵੱਜਦਾ ਫਿਰਦਾ, ਗਿਣੇ ਨਹੀਂ ਜਾਂਦੇ। ਜਦੋਂ ਮੈਂ ਉੱਠਦਾ ਸਮਝ ਨਹੀਂ ਆਉਂਦੀ ਵੀ ਤੁਰੇ ਕਿੰਨੇ ਜਣੇ ਫਿਰਦੇ ਆ, ਮੈਂ ਤਾਂ ਖੁਦ ਨਹੀਂ ਗਿਣੇ ਗਏ ਹਜੇ ਤੱਕ। ਮੈਂ ਗਿਣੇ ਸ਼ੁਰੂ ਕੀਤੇ ਇੱਕ ਵਾਰੀ, ਇੱਕ ਗਿਣਿਆ, ਦੋ ਗਿਣੇ, ਤਿੰਨ ਗਿਣੇ, ਚਾਰ ਗਿਣੇ, ਸਮਝ ਹੀ ਨਾ ਆਵੇ ਮੈਂ ਛੱਡਦੇ ਵਿੱਚੇ ਗਿਣੇ, ਇੰਨੇ ਜਣੇ ਆ। ਹਾਂਜੀ, ਸਮਝ ਨਹੀਂ ਆ ਰਿਹਾ ਕੀ ਪੁੱਛਿਆ। ਠੀਕ ਹੈ ਜੀ, ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਦਾਦਾ, ਦਾਦੀ, ਮੰਮੀ, ਪਾਪਾ, ਚਾਚਾ, ਚਾਚੀ, ਤਾਇਆ, ਦੋ ਕਜ਼ਨ, ਇੱਕ ਬ੍ਰਦਰ। ਦੋ ਕਜ਼ਨ, ਇੱਕ ਬ੍ਰਦਰ, ਆਹ ਤਾਂ ਜਿਵੇਂ ਰੱਟ ਕੇ ਆਈ ਜੀ ਕਰੋ ਵੀ ਮੈਂ 10 ਦਿਨ ਐਂ ਕਰਕੇ ਦੱਸ ਦੇਣੇ ਸਾਰੇ। ਕਿੰਨੇ ਜਣੇ ਹੋ ਗਏ ਟੋਟਲ? 11। ਟੋਟਲ 11, ਪੱਕੀ ਗੱਲ ਹੈ? ਗਿਣ ਲਓ, ਹਜੇ ਵੀ ਵੱਧ ਘੱਟ ਹੋਣੇ ਆ। ਨਹੀਂ, ਆਪਣੇ ਆਪ ਨੂੰ ਗਿਣ ਲਿਆ ਸੀ ਵਿੱਚ? ਨਹੀਂ ਨਹੀਂ, ਆਪਣੇ ਭੱਲ ਗਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ। ਘਰੇ ਕਿੱਦਾਂ ਸਾਰੇ? ਵਧੀਆ। ਉਰੇ ਆ ਜਾ ਥੋੜ੍ਹਾ ਜਿਹਾ, ਸਭ ਠੀਕ ਠਾਕ ਨੇ? ਕੌਣ ਕੌਣ ਹੈ ਫੈਮਿਲੀ 'ਚ? ਚੋਰੀ ਚੋਰੀ ਸੁਣਿਆ ਕਰੋ, ਠੀਕ ਹੈ? ਆਈ ਤਾਂ ਜਸੂਸੀ ਕਰਨੀ ਸ਼ੁਰੂ ਕਰ ਦੋ। ਡਰਦਾ ਕੌਣ ਦੋਨਾਂ 'ਚ ਵੈਸੇ?
ਮਤਲਬ ਮੰਮੀ ਜ਼ਿਆਦਾ ਡਰਦੇ ਪਾਪਾ ਤੋਂ ਜਾਂ ਪਾਪਾ ਡਰਦੇ ਮੰਮੀ ਤੋਂ? ਪਤਾ ਨਹੀਂ, ਉਹੀ ਪਤਾ ਕਰਨਾ ਹੁਣ। ਠੀਕ ਹੈ, ਅੱਜ ਤੋਂ ਦੋਵੇਂ ਡਰਦੇ ਤੇਰੇ ਤੋਂ? ਹਾਂਜੀ, ਇੱਕ ਦੂਜੇ ਤੋਂ। ਇੱਕ ਦੂਜੇ ਡਰੀ ਜਾਂਦੇ ਨੇ, ਐਵੇਂ ਡਰੀ ਜਾਂਦੇ ਆ? ਨਹੀਂ। ਹਾਂਜੀ, ਡਰਾਉਣਾ ਕੌਣ ਦੋਵਾਂ ਜ਼ਿਆਦਾ? ਕੋਈ ਨਹੀਂ, ਮੈਂ ਇਹਨਾਂ ਕਹਿ ਦਿੰਦਾ ਦੋਵੇਂ ਡਰਾਉਣੇ ਆ। ਤੁਸੀਂ ਕਿਹਦੇ ਤੋਂ ਜ਼ਿਆਦਾ ਡਰਦੇ ਆ? ਮੰਮਾ ਤੋਂ। ਮੰਮਾ ਤੋਂ? ਮੰਮਾ ਕੋਲ ਰਹਿੰਦੇ ਤਾਂ ਕਰਕੇ? ਨਹੀਂ, ਪਾਪਾ ਉਹ ਤਾਂ ਨਹੀਂ ਡਰ ਵੀ ਪਾਪਾ ਸਿੰਗਾਪੁਰ ਬੈਠੇ ਕੀ ਕਹਿ ਲੈਣਗੇ। ਨਹੀਂ। ਹਾਂਜੀ, ਮੰਮਾ ਟੀਚਰ ਨੇ ਜਦੋਂ ਪੇਪਰ ਚੈੱਕ ਹੁੰਦੇ ਹੁੰਦੇ ਨੇ। ਓਏ ਹੋਏ ਹੋਏ, ਉਹ ਤਾਂ ਡਰ ਲੱਗਦਾ, ਅੱਗੇ ਪਿੱਛੇ ਕੋਈ ਡਰ ਨਹੀਂ? ਨਹੀਂ। ਹਾਂਜੀ, ਜਦੋਂ ਗਲਤੀ ਕਰਦੇ ਆ ਉਦੋਂ। ਅੱਛਾ ਠੀਕ ਹੈ, ਪਰਫਾਰਮ ਕੀ ਕਰੋਗੇ? ਡਾਂਸ। ਡਾਂਸ ਕਰੋਗੇ? ਕੈਮੋਫਲੋਜ ਜੈਕਟਾਂ ਪਾਉਂਦੇ ਹਾਂ, ਪਿੱਟ ਗੁੱਲ ਰੱਖਿਆ ਕਰਨ ਨੂੰ ਰੱਖੀ, ਸੁਣਿਆ ਆਫ ਰੋਡ ਕਦੇ ਚੌਂਕੀ ਤੇਰੇ ਲਈ, ਜੀਪ ਕਢਾ ਲਈ ਖਾਕੀ, ਕੈਮੋਫਲੋਜ ਜੈਕਟਾਂ ਪਾਉਂਦੇ ਹਾਂ, ਪਿੱਟ ਗੁੱਲ ਰੱਖਿਆ ਕਰਨ ਨੂੰ ਰੱਖੀ, ਸੁਣਿਆ ਆਫ ਰੋਡ ਕਦੇ ਚੌਂਕੀ ਤੇਰੇ ਲਈ, ਜੀਪ ਕਢਾ ਲਈ ਖਾਕੀ, ਰਾਤ ਨੂੰ ਤੜਕੇ ਤੇਰੇ ਲਈ ਧੜਕੇ ਯਾਰ ਦਾ ਸੀਨਾ ਨੀ, ਨੀਲਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀਲਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾਂ ਨੀ, ਨੀਲਕ ਤੇਰੇ ਪਤਲੇ ਵਾਸਤੇ ਬਣੀਆਂ। ਪਾਪਾ ਕੀ ਕੰਮ ਕਰਦੇ ਆ? ਜਵੈਲਰ ਨੇ। ਵਾਹ ਜੀ ਵਾਹ, ਕੀ ਬਾਤ ਹੈ, ਸੋਨਾ ਤਾਂ ਵਾਧੂ ਕਰੇ ਹਨਾ, ਖਾਂਦੇ ਵੀ ਸੋਨਾ ਹੀ ਹੋਵੋਗੇ ਕਿਤੇ। ਹਾਂਜੀ ਨਾਂਜੀ, ਕੀ ਬਾਤ ਹੈ, ਸੋਨਾ ਨਹੀਂ ਖਾਂਦੇ ਤੁਸੀਂ? ਨਹੀਂ। ਸੋਨਾ ਕਿੱਦਾਂ ਹੁੰਦਾ ਐਕਚੁਅਲ 'ਚ, ਕਿੱਦਾਂ ਹੁੰਦਾ, ਕਦੇ ਦੇਖਿਆ? ਹਾਂਜੀ। ਕਿੱਦਾਂ ਦਾ ਹੁੰਦਾ? ਯੈਲੋ ਕਲਰ ਦਾ। ਯੈਲੋ ਕਲਰ ਦਾ ਹੁੰਦਾ। ਪੈਸਾ ਕਿੰਨਾ ਕਮਾਉਂਦੇ ਬਾਪੂ? ਵਧੀਆ ਕਮਾ ਲੈਂਦੇ ਆ। ਚੰਗਾ। ਹਾਂਜੀ, ਤੁਹਾਨੂੰ ਖਰਚਾ ਕਿੰਨਾ ਮਿਲਦਾ ਮਹੀਨੇ ਦਾ? ਹਾਂਜੀ, ਪਤਾ ਹੀ ਨਹੀਂ ਵੇ, ਇੰਨੇ ਪੈਸੇ ਮਿਲਦੇ ਪਤਾ ਹੀ ਨਹੀਂ ਕਿੰਨਾ ਆਈ ਜਾਂਦਾ ਕਿੰਨਾ ਜਾਈ ਜਾਂਦਾ ਹਨਾ। ਬਹੁਤ ਵਧੀਆ ਗੱਲ ਹੈ। ਪਰਫਾਰਮ ਕੀ ਕਰੋਗੇ? ਡਾਂਸ। ਡਾਂਸ ਕਰੋਗੇ ਕਿਹੜੇ ਸੌਂਗ ਤੇ? ਜਮੀਲਾ। ਜਮੀਲਾ ਤੇ, ਠੀਕ। ਅੱਛਾ ਜੀ, ਇੱਕ ਮੈਂ ਵਰਡ ਪੁੱਛ ਰਿਹਾ ਸੀ, ਮੈਂ ਰਸੀਪਟ ਕਹਿੰਦੇ ਸਾਰੇ ਰਸੀਦ ਨੂੰ ਇੰਗਲਿਸ਼ ਵਿੱਚ, ਇਹਦੀ ਕਰੈਕਟ ਜਿਹੜੀ ਪ੍ਰੋਨਾਂਸੀਏਸ਼ਨ ਕੀ ਹੈ? ਨਹੀਂ ਪਤਾ। ਅੱਛਾ, ਕਮੈਂਟ ਕਰਦੇ ਹਾਂ ਆਪਾਂ। ਹਾਂਜੀ, ਤੇ ਕਮੈਂਟ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਸਹੀ ਮਤਲਬ ਜਿਹੜੀ ਕਰੈਕਟ ਪ੍ਰੋਨਾਂਸੀਏਸ਼ਨ ਇਹਦੀ ਕੀ ਹੈ ਕਮੈਂਟ ਦੀ? ਨਹੀਂ ਪਤਾ। ਨਿਤ ਜਾਣਾ ਏ ਠੇਕੇ ਵੇ, ਮੁਰਦਾ ਜੁਗਨੀ ਲੈ ਕੇ ਵੇ, ਤੇਰੇ ਨਾਲ ਬਿਆਈਆਂ ਮੇਰੇ ਵੱਲ ਨਾ ਵੇਖੇ ਵੇ, ਚੱਲ ਰਿਹਾ ਬਹੁਤ ਸਾਰਾ ਫਨ। ਤੁਸੀਂ ਦੇਖ ਰਹੇ ਹੋ ਆਪਣਾ ਫੇਵਰੇਟ ਸ਼ੋਅ ਮਸਤੀ ਕੈਂਪਸ ਦੀ, ਸਾਡੇ ਸਪਾਂਸਰ ਨੇ ਜੀ ਬ੍ਰਿਲਸ ਇੰਸਟੀਟਿਊਟ। ਅੱਜ ਮੈਂ ਪਹੁੰਚਿਆ ਹਾਂ ਜੀ ਦਸ਼ਮੇਸ਼ ਪਬਲਿਕ ਸਕੂਲ ਮੋਗਾ ਦੇ ਵਿੱਚ। ਤੁਸੀਂ ਕਿਤੇ ਨਹੀਂ ਆਉਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਸਤੀ ਕੈਂਪਸ ਦੀ। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala.